ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਕਈ ਆ ਕਈ ਜੰਦੇ ਨੇ ਵੀ ਵੀਡੀਓ ਜਿਹੜੀ ਪੁਲਿਸ ਨੇ ਬਣਵਾਈਆਂ ਆ ਭਾਈ ਸਾਹਿਬ ਜਿਹੜੇ ਨੇ ਇਹਦਾ ਬੋਲਦੇ ਨਹੀਂ ਪਹਿਲੀ ਗੱਲ ਤੇ ਆ ਜੋ ਕੈਮਰੇ ਦੇ ਸਾਹਮਣੇ ਨਾ ਮੈਂ ਆਪ ਵੀਡੀਓ ਬਣਾਉਣਾ ਪਹਿਲਾਂ ਨਹੀਂ ਬਣਾਉਂਦਾ ਰਿਹਾ ਮੈਨੂੰ ਇਹ ਆਦਤ ਜੀ ਨਹੀਂ ਹੈਗੀ ਵੀ ਕੈਮਰਾ ਲੀਕ ਕੇ ਜੀ ਵੀਡੀਓ ਬਣਾਉਣ ਦੀ ਤੇ ਉਹ ਮੇਰੀ ਆਦਤ ਨਹੀਂ ਬਣੀ ਕਦੇ ਵੀ ਸੋ ਦੂਜੀ ਗੱਲ ਆ ਸਿਹਤ ਥੋੜੀ ਜੀ ਉਸ ਦਿਨ ਵੈਸੇ ਢਿੱਲੀ ਸੀ ਤੇ ਇਹ ਸੰਗਤਾਂ ਤੱਕ ਮੈਸੇਜ ਮੇਰਾ ਪਹੁੰਚਾਓ ਵੀ ਇਦਾਂ ਦੀ ਕੋਈ ਗੱਲ ਨਹੀਂ ਕਿ ਮੈਂ ਚੜ੍ਹਦੀ ਕਲਾ 'ਚ ਆਂ ਨਾ ਮੈਂ ਕੋਈ ਅਫੀਜੀ ਮੰਗ ਰੱਖੀ ਆ ਜਿਹੜੀ ਕੋਈ ਚਵਲ ਮਰੀ ਜਾਂਦੇ ਆ ਨਾ ਕਈ ਵੀ ਜੀ ਮੈਨੂੰ ਫੜਿਓ ਤੇ ਮੈਨੂੰ ਕੁੱਟਿਓ ਨਾ ਐਜੋ ਗੱਲ ਹੀ ਕਹਿਣਾ ਨਹੀਂ ਕੀਤੀ ਮੈਂ ਮੈਂ ਜਿਹੜੀ ਤਰਸਤਾਰੀ ਦੇਣ ਨਾਲ ਬਾਰੇ ਗੱਲ ਕੋਈ ਹੋਈ ਨਹੀਂ ਅਰੇ ਕਿਸੇ ਨਾਲ ਨਾ ਕੋਈ ਸ਼ਰਤ ਰੱਖੀ ਸੋ ਇਹ ਕਈ ਜਿਹੜੇ ਬੇਵਕੂਫੀਆਂ ਮਾਰ ਰਹੇ ਆ ਕਿ ਭਈ ਉਹ ਨਿਆਮ ਮੰਗ ਰਖਤੀ ਹੋ ਮੰਗ ਕੋਈ ਮੰਗ ਮੈਂ ਸਰਕਾਰ ਘੜੀ ਨਹੀਂ ਰੱਖੀ ਮੈਂ ਜਥੇਦਾਰ ਸਾਹਿਬ ਨੂੰ ਕਿਹਾ ਵੀ ਸਰਬੱਤ ਖਾਲਸਾ ਸਦੋ ਸਰਬੱਤ ਖਾਲਸਾ ਸਦ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ ਜੇ ਆਪਾਂ ਅੱਜ ਵੀ ਸਿਆਸਤ ਕਰਨੀ ਹੈ ਅੱਜ ਵੀ ਆਪਾਂ ਉਹੇ ਕੰਮ ਕਰਨੇ ਜਿਹੜੇ ਪਹਿਲਾਂ ਕਰਦੇ ਰਹੇ ਆ ਤੇ ਫਿਰ ਆਪਾਂ ਭੇਖ ਦੇ ਵਿੱਚ ਜਥੇਦਾਰੀ ਕਰਕੇ ਕੀ ਕਰਨਾ ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ ਸਮਾਂ ਹੈ ਜਿੱਥੇ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਮੈਂ ਸਾਰਿਆਂ ਤੇਨੂੰ ਕਹਿਣਾ ਵੇ ਇੱਕ ਜੁਟੋ ਤੇ ਆਪਣੀ ਹੋਣ ਦਾ ਸਬੂਤ ਦੇਣ ਦੀ ਲੋੜ ਹੈ ਕਿ ਅੱਜ ਜ਼ੁਲਮ ਸਰਕਾਰ ਕਰ ਰਹੀ ਹੈ ਕਿਸੇ ਤੇ ਵੀ ਕੱਲ ਨੂੰ ਕਿਹ ਹੋਰ ਦੀ ਵਾਰੀ ਆ ਸਕਦੀ ਹੈ ਤੇ ਬਾਕੀ ਮੈਂ ਇਹ ਨਹੀਂ ਘਰੌਣਾ ਨਾ ਜੇਲ੍ਹ ਜਾਣ ਤੱਕ ਘਰੌਣਾ ਨਾ ਕਿਤੇ ਪੁਲਿਸ ਦੀ ਕਸਟਡੀ ਟੌਰ ਤੇ ਘਰੌਣਾ ਕੋਈ ਨਹੀਂ ਕਰ ਲੈਣ ਜੋ ਕਿਸੇ ਕਰਨਾ ਸੋ ਇਹ ਮੈਸੇਜ ਸੰਤਨ ਦਾ ਜਰੂਰ ਪਹੁੰਚਾਓ ਉਹ ਪਤਾ ਕੀ ਹੁੰਦਾ ਵਾ ਲੋਕਾਂ ਨੂੰ ਲੱਗ ਲੱਗ ਪੈਂਦਾ ਪਤਾ ਨਹੀਂ ਕਿੰਨੇ ਬਣਵਾਈਆਂ ਕਾਂਸਪੀਰੀ ਸੀ ਹੈ ਜੀ ਕੋਈ ਕਾਂਸਪੀਰੀ ਨਹੀਂ ਹੈਗੀ ਇਹ ਗੱਲ ਜਦੋਂ ਤੁਹਾਨੂੰ ਪਤਾ ਹੋਵੇ ਵਿਕੜੇ ਪੈਣ ਦੇ ਤੇ ਹੋਈ ਹੈ ਨਾ ਤੇ ਹੁਜੇ ਸੰਸਾਧਨ ਹੁੰਦੇ ਨੇ ਨਾ ਉਹ ਜੇ ਫੋਨ ਹੁੰਦੇ ਨੇ ਜਿਵੇਂ ਪਹਿਲੇ ਹੁੰਦੇ ਸੀ ਵੱਡੇ ਨਾਮ ਮੈਗ ਲੱਗੇ ਹੁੰਦੇ ਨੇ ਨਾਲ ਵੀ ਆਪਣੀ ਆਵਾਜ਼ ਕਲੀਅਰ ਜਾਵੇ ਤੇ ਇਦਾਂ ਕਰਕੇ ਤਾਂ ਕਰਕੇ ਜਿਹੜਾ ਲੱਗਦਾ ਹੈ ਬਾਕੀ ਸੇਹ ਥੋੜੀ ਜਿਹੀ ਅੱਗੇ ਨੂੰ ਵੀਕ ਜ਼ਰੂਰ ਹੋਈ ਹੈ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਅੱਠ ਪੈਰ ਬਾਹਰ ਹੀ ਇੱਕ ਪ੍ਰਸ਼ਾਦਾ ਜਿਹੜਾ ਇੱਕਦੋ ਸ਼ਕੀਦਾ ਬਾਹਰ ਤੇ ਉਹਦਾ ਫਿਰ ਨਹੀਂ ਦੇ ਨੇ ਫਿਰ ਸਾਰਾ ਕੁਝ ਨਹੀਂ ਸ਼ਕੀਦਾ ਸੋ ਇਸ ਕਰਕੇ ਇਹ ਸੰਗਤ ਨੂੰ ਮੈਸੇਜ ਜ਼ਰੂਰ ਦਿਓ ਉਹਨਾਂ ਨੂੰ ਕਹੋ ਵੀ ਹਰ ਗੱਲ 'ਚ ਦੁਬਧਾ ਨਹੀਂ ਮੰਨਣੀ ਜਿਹੜੀ ਆ ਨਾ ਸਤਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜੀ ਆਪਾਂ ਚੜ੍ਹਦੀ ਕਲਾ ਚ ਸੋ ਇਹ ਜਿਹੜਾ ਮੈਸੇਜ ਮੇਰੇ ਸਮੇਤ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ